ਲੱਖੇ ਸਿਧਾਣੇ ਦੀ ਵੀਡੀਓ ਤੋਂ ਬਾਅਦ ਬੜੇ ਸਾਰੇ ਲੋਕ ਕਹਿ ਰਹੇ ਸੀ ਕਿ ਲੱਖਾ ਜੇ ਸੱਚ ਬੋਲ ਰਿਹਾ ਤਾਂ ਉਹ ਭਾਵੇਂ ਸਿੱਧੂ ਤੇ ਹੋਏ ਤਸ਼ੱਦਦ ਦੀ ਵੀਡੀਓ ਦਿਖਾਏ। ਤਾਂ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਐਵੇਂ ਗੱਲਾਂ ਕਰ ਰਹੇ ਸੀ ਉਹਨਾਂ ਦੀ ਮਾਨਸੇ ਵਾਲੇ ਝੋਟੇ ਨੇ ਕਲਾਸ ਲਾਈ ਹੈ ਤੇ ਮਾਨਸੇ ਵਾਲੇ ਝੋਟੇ ਨੇ ਕਿਹਾ ਕਿ ਆ ਜਿਹੜੇ ਦੋ ਚਾਰ ਕੌਲੀ ਚਾਟ ਨੇ ਜੋ ਇਹ ਕਹਿੰਦੇ ਨੇ ਕਿ ਭਾਵੇਂ ਤੇ ਜ਼ੁਲਮ ਨਹੀਂ ਹੋਇਆ ਵੀਡੀਓ ਦਿਖਾਓ ਤਾਂ ਤੁਸੀਂ ਮੇਰੀਆਂ ਵੀਡੀਓ ਵੇਖ ਲਓ ਜੋ ਸ਼ਰੇਆਮ ਪਈਆਂ ਹੋਈਆਂ ਨੇ ਤੇ ਹੋਰ ਅੰਦਰ ਇਹਨਾਂ ਕਿਹੜਾ ਫੁੱਲ ਲਾਏ ਹੁੰਦੇ ਨੇ। ਝੋਟੇ ਨੇ ਕਿਹਾ ਕਿ ਮੈਂ ਵੀ 3 ਮਹੀਨੇ ਅੰਦਰ ਰਿਹਾ ਤੇ ਮੈਨੂੰ ਪਤਾ ਹੈ ਕੀ ਹੁੰਦਾ ਹੈ। ਦੋ ਚਾਰ ਕੌਲੀ ਚੱਟ ਜਿਹੜੇ ਸਾਲੇ ਕਹਿੰਦੇ ਨੇ ਭਾਵੇਂ ਤੇ ਜ਼ੁਲਮ ਨਹੀਂ ਹੋਇਆ ਵੀਡੀਓ ਦਿਖਾਓ, ਮੇਰੀਆਂ ਵੀਡੀਓ ਸਰੇਆਮ ਪਾਈਆਂ ਪਈਆਂ ਦੇਖ ਲਓ ਕੀ ਕੁਛ ਹੋਇਆ ਮੇਰੇ ਨਾਲ, ਕਿਹੜਾ ਇਹਨਾਂ ਨੇ ਫੁੱਲ ਲਾਏ ਹੁੰਦੇ ਨੇ। ਇਹਦੇ ਨਾਲ ਨਾਲ ਦੋਸਤੋ ਮਾਨਸੇ ਵਾਲੇ ਝੋਟੇ ਨੇ ਜੋ ਸਟੇਜ ਤੇ ਸਪੀਚ ਦਿੱਤੀ ਉਹਨੂੰ ਲੈ ਕੇ ਵੀ ਮਾਨਸੇ ਵਾਲੇ ਝੋਟੇ ਨੇ ਕਿਹਾ ਕਿ ਜਿਸ ਤਰ੍ਹਾਂ ਮੈਂ ਜਗਤਾਰ ਹਵਾਰਾ ਦੇ ਪਿਤਾ ਦਾ ਸਨਮਾਨ ਕੀਤਾ ਉਸ ਨੂੰ ਲੈ ਕੇ ਵੀ ਕਈਆਂ ਦੇ ਜੋ ਸਟੇਜ ਤੇ ਬੈਠੇ ਸੀ ਉਹਨਾਂ ਦੇ ਕਾਲਜੀ ਮੱਚੇ ਹੋਣਗੇ ਤੇ ਝੋਟੇ ਨੇ ਕਿਹਾ ਕਿ ਮੇਰੇ ਜੋ ਦਿਲ 'ਚ ਸੀ ਮੈਂ ਤਾਂ ਉਹ ਕੀਤਾ। ਕਿਤੇ ਨਾ ਕਿਤੇ ਜੋ ਵੱਡਾ ਇਕੱਠ ਹੋਇਆ ਸੀ ਕੋਟ ਦੋਨੇ ਉਹਦੇ 'ਚ ਸਟੇਜ ਸਾਂਭਣ ਵਾਲਿਆਂ ਤੋਂ ਝੋਟਾ ਨਾਰਾਜ਼ ਨਜ਼ਰ ਆਇਆ ਤੇ ਝੋਟੇ ਨੇ ਉਹਨਾਂ ਨੂੰ ਖਰੀਆਂ ਖੋਟੀਆਂ ਲਾਈਵ ਹੋ ਕੇ ਸੁਣਾਈਆਂ ਵੀ ਨੇ। ਇਹਦੇ ਨਾਲ ਨਾਲ ਝੋਟੇ ਨੇ ਇਹ ਵੀ ਕਿਹਾ ਕਿ ਜਦੋਂ ਵੱਡਾ ਇਕੱਠ ਹੁੰਦਾ ਤਾਂ ਉਦੋਂ ਸਾਰੇ ਹੀ ਸਟੇਜ ਤੇ ਬੋਲਣ ਲਈ ਆ ਜਾਂਦੇ ਨੇ ਪਰ ਬਾਅਦ ਵਿੱਚ ਵੱਡੇ ਲੀਡਰ ਕਿਸੇ ਨੂੰ ਫੋਨ ਵੀ ਕਰੀਏ ਫਿਰ ਵੀ ਉਹ ਉੱਥੇ ਨਹੀਂ ਪਹੁੰਚਦਾ। ਤੁਸੀਂ ਝੋਟੇ ਦੀਆਂ ਇਹਨਾਂ ਗੱਲਾਂ ਬਾਰੇ ਕੀ ਕਹਿਣਾ ਚਾਹੋਗੇ? ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ।